ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਸੰਦੀਪ ਲਾਦੂਕਾ ਅਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਢੁੱਡੀ ਕੇ, ਜਿਹੜਾ ਕਿ ਜ਼ਿਲ੍ਹਾ ਮੋਗਾ ਦੇ ਵਿੱਚ ਪੈਂਦਾ ਹੈ। ਇਹ ਪਿੰਡ ਆਪਣੇ ਅੰਦਰ ਬਹੁਤ ਸਾਰਾ ਇਤਿਹਾਸ ਸਮੋਈ ਬੈਠਾ। ਗਦਰੀ ਬਾਬਿਆਂ ਦੀ ਗੱਲ ਕਰੀਏ, ਲਾਲਾ ਲਾਜਪਤ ਰਾਏ ਜੀ ਦੀ ਗੱਲ ਕਰੀਏ, ਅਤੇ ਚਾਹੇ ਗੱਲ ਕਰੀਏ ਅਸੀਂ ਉਸ ਮਹਾਨ ਨਾਵਲਕਾਰ ਦੀ, ਜਿਸ ਨੇ 27 ਜੂਨ 2019 ਦੇ ਵਿੱਚ ਆਪਣੀ ਉਮਰ ਦਾ ਇੱਕ ਸਦੀ ਹੈ ਜਿਹੜੀ ਉਹ ਪੂਰੀ ਕਰ ਲੈਣੀ ਹੈ। ਅਸੀਂ ਪਹੁੰਚੇ ਹਾਂ ਇਸ ਨਵੇਕਲੀ ਪੇਸ਼ਕਾਰੀ ਨੂੰ ਤੁਹਾਡੇ ਸਾਹਮਣੇ ਰੱਖਣ ਦੇ ਲਈ, ਸਾਂਝਾ ਕਰਨ ਦੇ ਲਈ, ਜਸਵੰਤ ਸਿੰਘ ਕੰਵਲ ਦੇ ਘਰ। ਅਸੀਂ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਝਾਤ ਪਾਵਾਂਗੇ, ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਨਾਲ, ਇਸ ਬਾਬਤ ਵੀ ਗੱਲਾਂ ਕਰਾਂਗੇ। ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਉਹ ਸਾਰਾ ਪੱਖ ਜਿਹੜਾ ਇੱਕ ਸਦੀ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਹੰਡਾਇਆ ਹੁਣ ਤੱਕ ਦਾ, ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰੀਏ। ਅਤੇ ਆਓ ਫਿਰ ਚੱਲਦੇ ਹਾਂ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ। ਸਾਹਿਤ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਜਸਵੰਤ ਸਿੰਘ ਕੰਵਲ, ਉਹਨਾਂ ਦੀ ਮੈਂ ਜਾਣ ਪਛਾਣ ਕਰਾਵਾਂ ਇਸ ਦੀ ਲੋੜ ਨਹੀਂ, ਕਿਉਂਕਿ ਇੱਕ ਵੱਡਾ ਨਾਮ ਹੈ, ਇੱਕ ਸਦੀ ਜਿੱਡਾ ਗੱਭਰੂ ਹੈ, ਕਿਉਂਕਿ ਉਹਨਾਂ ਦਾ ਜਨਮ 27 ਜੂਨ 1919 ਨੂੰ ਢੁੱਡੀ ਕੇ 'ਚ ਹੋਇਆ ਸੀ ਅਤੇ ਅੱਜ 2019 ਦੇ ਵਿੱਚ 27 ਜੂਨ ਤੱਕ ਉਹ ਆਪਣੀ ਇੱਕ ਸਦੀ ਪੂਰੀ ਕਰ ਲੈਣਗੇ। ਔਰ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਅਸੀਂ ਕਾਮਨਾ ਕਰਦੇ ਹਾਂ ਕਿ ਇਸੇ ਤਰ੍ਹਾਂ ਕਾਮਯਾਬ ਰਹੇ, ਤੰਦਰੁਸਤ ਰਹੇ। ਅਸੀਂ ਅੱਜ ਉਹਨਾਂ ਕੋਲ ਪਹੁੰਚੇ ਹਾਂ ਇਸ ਸਦੀ, ਇਸ ਸ਼ਤਾਬਦੀ ਦੇ ਜਨਮ ਦਿਵਸ ਮੌਕੇ। ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ, ਲਹਿੰਦੇ ਅਤੇ ਚੜ੍ਹਦੇ ਪੰਜਾਬ ਬਾਰੇ ਕੁਝ ਅਹਿਮ ਗੱਲਾਂ ਨੇ ਇਸ 'ਤੇ ਚਰਚਾ ਕਰਾਂਗੇ। ਔਰ ਰਾਜਸੀ ਧਿਰਾਂ ਕਿਸ ਤਰ੍ਹਾਂ ਸਮਾਜ ਨੂੰ ਸੇਧ ਦੇ ਰਹੀਆਂ ਨੇ ਜਾਂ ਕਿੱਥੇ ਇੱਕ ਸਮਾਜ ਖੜੋਤ ਵਿੱਚ ਖੜ੍ਹਾ, ਔਰ ਹੋਰ ਬਹੁਤ ਸਾਰੀਆਂ ਸਮਾਜ ਵਿੱਚ ਅਲਾਮਤਾਂ ਨੇ, ਇਸ ਸਾਰੇ ਬਾਬਤ ਅਸੀਂ ਗੱਲਬਾਤ ਹੈ ਜਿਹੜੀ ਉਹ ਜਾਰੀ ਰੱਖਾਂਗੇ। ਸਾਡੇ ਨਾਲ ਨੇ ਜਸਵੰਤ ਸਿੰਘ ਕੰਵਲ ਜੀ। ਕੰਵਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕੋਈ ਐਸੀ ਕੀ ਗੱਲ ਹੈ, ਇਹ ਕੰਮ ਕਰਨ ਵਾਲਾ ਜੀ, ਇਹ ਅੜਿਆ ਖੜਾ ਜੀ, ਸਗੋਂ ਤੁਸੀਂ ਇਸ ਗੱਲ ਨੂੰ ਛੇੜ ਕੇ ਬੜਾ ਚੰਗਾ ਕੀਤਾ ਜੀ, ਵੀ ਇਹ ਗੱਲ ਤੁਰਨੀ ਚਾਹੀਦੀ ਹੈ ਜੀ, ਜੇ ਤੁਰੇਗੀ ਤਾਂ ਇਹ ਕਿਸੇ ਸਿਰੇ ਵੀ ਲੱਗੇਗੀ ਜੀ, ਅਤੇ ਜੇ ਇਹ ਗੱਲ ਤੁਰੇਗੀ ਨਹੀਂ ਤਾਂ ਫਿਰ ਗੱਲ ਖਤਮ ਹੋ ਜੀ। ਬਿਲਕੁਲ, ਹਮ ਜੋ ਗਏ ਤੋ ਰਾਹ ਗੁਜ਼ਰ ਨਹੀਂ ਜੀ, ਤੁਮ ਜੋ ਆਏ ਤੋ ਮੰਜ਼ਲੇ ਲਾਏ ਜੀ, ਤੁਸੀਂ ਆਏ ਸਿੱਧੇ ਸਾਡੇ ਦਿਲ 'ਚ ਵੜੇ। ਵਾਹ ਜੀ, ਤੁਹਾਡੀ ਅਸੀਂ ਸੁਣਿਆ ਜੀ ਮਨਪਸੰਦ ਕਿਤਾਬ ਹੈ ਹੀਰ, ਹਾਂ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਜਿਉਂਦਾ ਰਹਿ ਮਿੱਤਰਾ ਜੀ, ਰੱਬ ਦੁੱਖ ਨਾ ਵਿਖਾਵੇ ਤੇਰਾ ਜੀ। ਜ਼ਰਾ ਹੀਰ ਕੁੜੀ ਉਹਨੂੰ ਸੱਦਦੀ ਹੈ, ਜਗ ਢੂੰਡ ਤਰੇ ਚੰਗ ਦੇ ਰਾਵਿਆਂ ਦਾ, ਰਾਜਾ ਔਲੀਆ ਥੂੰ ਭਾਨਾ ਆਕੜ, ਇਹ ਪਏ ਪਿਆ ਸਰਦਾਰ ਨਥਾਵਿਆਂ ਦਾ, ਸਰ ਪੱਟੀਏ ਸਫ਼ਾ ਕਰ ਹੋ ਰਿਹਾ ਜਿਹਾ ਬਾਲਕਾ ਮੁੰਨਿਆਂ ਬਾਵਿਆਂ ਦਾ, ਵਾਰਿਸ਼ਾ ਜਿਹਨੂੰ ਚੋਰ ਨੂੰ ਮਿਲੇ ਠਾਰ, ਉੱਠੇ ਬਾਥਰ ਦਾ ਮਾਥਰੇ ਦਾ ਬਾਵਿਆਂ ਦਾ, ਮਲਕੀ ਆਖਦੀ ਦਿਓ ਹੈ ਨਾ ਚੂਚਕ ਕੋਈ ਸੁਖ ਨਾ ਜੀਉ ਤੇ ਲਿਆਵਣਾ ਹੀ, ਪਿਆ ਬਹੁਤ ਕੁਛ ਹੈ ਜੀ, ਸਾਥੋਂ ਖਾਧਾ ਨਹੀਂ ਜਾਂਦਾ, ਸਾਥੋਂ ਪੜ੍ਹਿਆ ਨਹੀਂ ਜਾਂਦਾ, ਪਰ ਹਾਲਾਤ ਜਿਹੜੇ ਹੈ ਜੀ, ਇਹ ਬੰਦੇ ਨੂੰ ਰੋਲਦੇ ਤੁਰੇ ਜਾਂਦੇ ਹੈ। ਇਹ ਇੱਕ ਪੰਜਾਬ ਲਈ ਬਹੁਤ ਵੱਡਾ ਆਸਰਾ ਹੈ। ਪਾਕਿਸਤਾਨ ਜੀ ਤੇ ਹਿੰਦੁਸਤਾਨ ਦੇ ਜੀ
ਜਾਂ ਦੋਹਾਂ ਪੰਜਾਬਾਂ ਦੇ ਜੀ ਹਾਲਾਤ ਜਿਹੜੇ ਹੈ ਜੀ ਉਹ ਇੱਕ ਦੂਜੇ ਨਾਲ ਰੂਹ ਅਤੇ ਸਰੀਰ ਦਾ ਰਿਸ਼ਤਾ ਕਾਇਮ ਕਰਨ ਜੀ 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 ਸਾਡੀ ਇਹ ਖਾਹਿਸ਼ ਹੈ ਅਤੇ ਜਿਹੜੇ ਸਾਨੂੰ ਇਸ ਗੱਲ ਲਈ ਲੜਾ ਰਹੇ ਹੈ ਜੀ ਭੈੜੇ ਪਾ ਰਹੇ ਹੈ ਮੈਂ ਸਮਝਦਾ ਉਹਨਾਂ ਦਾ ਇਹ ਜਹਾਨ ਨਹੀਂ ਜੀ ਸਹੀ ਗੱਲ ਹੈ ਅਸੀਂ ਆਪਣੇ ਬੱਚਿਆਂ ਨੂੰ ਇਹੋ ਜਿਹੀ ਤਾਲੀਮ ਇਹੋ ਜਿਹਾ ਨਵਾਂ ਯੁੱਗ ਦੇਈਏ ਜੀ ਕਿ ਜੇ ਸਾਡਾ ਬੰਦਾ ਉਹਦੇ ਨੂੰ ਉੱਥੇ ਬਾਹਰ ਤੁਹਾਡੇ ਕੋਲ ਜਾਵੇ ਜੀ ਤਾਂ ਉਹ ਦੋਵਾਂ ਚੋਣਾਂ ਜਵਾਨ ਹੋ ਕੇ ਆਵੇ ਅਤੇ ਤੁਹਾਡਾ ਬੰਦਾ ਇੱਥੇ ਸਾਡੇ ਕੋਲ ਆਵੇ ਅਤੇ ਉਹ ਕਹੇ ਮੈਂ ਤਾਂ ਜਾਣਾ ਹੀ ਨਹੀਂ ਚਾਹੁੰਦਾ ਜੀ ਇੰਨਾ ਪਿਆਰ ਬਈ ਮੇਰੇ ਤਾਂ ਇਹ ਬੰਦੇ ਆਪਦੇ ਆ ਅਤੇ ਮੈਨੂੰ ਇੱਥੇ ਰਹਿਣ ਦਿਓ ਹੁਣ ਇਹ ਹਾਲਾਤ ਸਰਕਾਰਾਂ ਨੂੰ ਵਾਰਾ ਨਹੀਂ ਖਾਂਦੇ ਜੀ ਸਹੀ ਗੱਲ ਇਹਨਾਂ ਲੋਕਾਂ ਦੇ ਪਿੰਡਾਂ 'ਚ ਜੀ ਦੋਹਾਂ ਸਰਕਾਰਾਂ ਵੱਲੋਂ ਖਿਚਾਓ ਪੈਦਾ ਕੀਤਾ ਜਾ ਰਿਹਾ ਜੀ ਕਿ ਇਹ ਲੋਕ ਇੱਕ ਨਾ ਹੋ ਜਾਣ ਲੇਕਿਨ ਰੂਹਾਂ ਇੱਕ ਹੈ ਜੀ ਅਤੇ ਸਰੀਰ ਤੜਪ ਰਹੇ ਆ ਜੀ ਬਾਬਾ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਹਾਲਾਤ ਸਾਨੂੰ ਇਹ ਕੁਛ ਨਹੀਂ ਕਰਨ ਦਿੰਦੇ ਜੀ ਹਾਲਾਤ ਜਿਹੜੇ ਹੈ ਉਹ ਸਰਕਾਰਾਂ ਦੇ ਵੱਸ ਹੈ ਜੀ ਅਸੀਂ ਸਰਕਾਰਾਂ ਇਹੋ ਜਿਹੀਆਂ ਚਾਹੁੰਦੇ ਹਾਂ ਜਿਹੜੀਆਂ ਦੁੱਧ ਮੱਖਣੀ ਹੋਣ ਜੀ ਅਸੀਂ ਬਾਹਾਂ ਕੱਢ ਕੇ ਮਿਲਣ ਨੂੰ ਤਰਸਦੇ ਹਾਂ ਉਹ ਸਾਡੇ ਵੱਲ ਭੈੜੀਆਂ ਨਜ਼ਰਾਂ ਨਾਲ ਦੇਖਦੇ ਹੈ ਜੀ ਮੈਂ ਇਹ ਗੱਲ ਸਮਝਦਾ ਕਿ ਰੋਟੀ ਸਾਡੀ ਪੱਕਦੀ ਹੋਵੇ ਅਤੇ ਸਬਜ਼ੀ ਤੁਹਾਡੀ ਬਣੀ ਹੋਵੇ ਉਹਨਾਂ ਦੋਹਾਂ ਦਾ ਸਮਝੌਤਾ ਹੋਵੇ ਅਤੇ ਜ਼ਿੰਦਗੀ ਜਿਉਣ ਦਾ ਅਸਲ ਤੱਤ ਜਿਹੜਾ ਉਹ ਅਸੀਂ ਸਾਰੇ ਹੀ ਖਾ ਸਕਦੇ ਬਹੁਤ ਸੋਹਣੀ ਗੱਲ ਕਹੀ ਹੈ ਤੁਸੀਂ ਸਭ ਕੁਛ ਹੁੰਦਿਆਂ ਹੋਇਆਂ ਸੱਚ ਹੁੰਦਿਆਂ ਹੋਇਆਂ ਔਰ ਸਾਡੇ ਮੂਰਖ ਲਾਣੇ ਨੇ ਸਾਡਾ ਸੱਚ ਵੱਢ ਕੇ ਰੱਖ ਦਿੱਤਾ ਇਹ ਤਰਾਸਦੀ ਹੈ ਸਮੇਂ ਦੀ ਅਜੇ ਵੀ ਰੂਹਾਂ ਤੜਪਦੀਆਂ ਜੀ ਅਤੇ ਮੈਂ ਚਾਹੁੰਦਾ ਇਹ ਹਾਂ ਕਿ ਦੋਹਾਂ ਧਿਰਾਂ ਦੀਆਂ ਰੂਹਾਂ ਨੂੰ ਕਿਸੇ ਢੰਗ ਨਾਲ ਜੁੜਦਾ ਕਰ ਦਿੱਤਾ ਜਾਵੇ ਔਰ ਇਹ ਕਦੇ ਸਾਲ ਪਿੱਛੋਂ 6 ਮਹੀਨੇ ਪਿੱਛੋਂ ਇਹ ਇੱਕ ਦੂਜੇ ਨਾਲ ਜੱਫੀਆਂ ਘੁੱਟ ਘੁੱਟ ਮਿਲਣ ਇਕੱਠੇ ਬਹਿ ਕੇ ਖਾਣ ਅਤੇ ਹਵਾਵਾਂ ਇੱਕ ਦੂਜੇ ਦੀਆਂ ਹੈ ਇੱਕ ਦੂਜੇ ਨੂੰ ਲੈ ਕੇ ਜਾਣ ਅਤੇ ਸਾਡਾ ਦੁੱਖ ਦਰਦ ਜਿਹੜਾ ਉਹ ਹੱਦਾਂ ਟੱਪ ਕੇ ਹਵਾਵਾਂ ਤੁਰੀਆਂ ਜਾਂਦੀਆਂ ਨੇ ਜਿਵੇਂ ਇਸੇ ਤਰ੍ਹਾਂ ਹੀ ਇਹ ਹਵਾਵਾਂ ਵਾਂਗ ਘੁਲ ਮਿਲ ਕੇ ਸਾਰੇ ਪਾਕਿਸਤਾਨ 'ਚ ਫਿਰਿਆ ਜੀ ਘੱਟੋ ਘੱਟ ਪੰਜਾਬ ਦੇ ਹੱਦਾਂ 'ਚ ਜਿੱਥੇ ਤੱਕ ਹੈ ਜੀ ਅਸੀਂ ਇੱਕ ਦੂਜੇ ਦੀ ਰੂਹ ਨਾਲ ਘੁਟਮੇ ਘੁਲ ਮਿਲੇ ਹੋਈਏ ਜੀ ਕੱਲ੍ਹ ਇਹ ਸਾਡਾ ਲੇਖਾ ਖਾਂਦੇ ਪੀਂਦੇ ਸੀ ਸਾਡੀ ਇੱਕ ਦੂਜੇ ਨਾਲ ਸਾਂਝ ਸੀ ਅੱਜ ਅਸੀਂ ਪਾਣੀ ਇੱਕ ਦੂਜੇ ਦਾ ਨਹੀਂ ਪੀ ਸਕਦੇ ਦੇਖੋ ਕਿੱਡੀ ਕਿੱਡੀ ਬੇਰਹਿਮੀ ਹੈ ਬੇਰਹਿਮੀ ਹੈ ਬਿਲਕੁਲ ਅਤੇ ਹੁਣ ਅਸੀਂ ਖਿੱਚੀ ਧੂਈ ਦੇ ਜੀ ਇੱਕ ਦੂਜੇ ਦਾ ਬੁਰਾ ਸੋਚ ਰਹੇ ਹਾਂ ਇਹ ਸਭ ਤੋਂ ਮਾੜੀ ਗੱਲ ਆ ਜੀ ਬਿਲਕੁਲ ਪਰ ਪ੍ਰਪੰਚਤਾ ਵਿੱਚ ਪਿਆਰ ਦਾ ਵਰਣਨ ਆ ਜਾਣਾ ਜਿਹੜਾ ਇਹ ਸਾਰੀਆਂ ਬੁਰਾਈਆਂ ਨੂੰ ਕੱਟਦਾ ਜੀ ਅਤੇ ਇਹ ਜੇ ਕੱਟਿਆ ਜਾਵੇ ਪਾਕਿਸਤਾਨ ਅਤੇ ਹਿੰਦੁਸਤਾਨ ਜਾਂ ਪੰਜਾਬ ਅਤੇ ਪੰਜਾਬ ਜੀ ਇਹ ਰੂਹ ਦੇ ਪੱਖੋਂ ਇੱਕ ਹੁੰਦੇ ਆ ਜੀ ਬਿਲਕੁਲ ਬਿਲਕੁਲ ਇਹ ਹੈਗੇ ਰੂਹ ਦੇ ਪੱਖੋਂ ਇੱਕ ਜੀ ਪਰ ਹਾਲਾਤ ਨੇ ਖਿਚਾਓ ਪੈਦਾ ਕਰ ਦਿੱਤਾ ਜੀ ਜੀ ਬਿਲਕੁਲ ਸਹੀ ਗੱਲ ਹੈ ਇਹ ਖਿਚਾਓ ਅਸੀਂ ਦੋਵੇਂ ਧਿਰਾਂ ਕਿਵੇਂ ਦੂਰ ਕਰ ਸਕਦੇ ਹਾਂ ਇਹ ਲੇਖਕਾਂ ਦੀ ਜ਼ਿੰਮੇਵਾਰੀ ਆ ਜੀ ਸਹੀ ਗੱਲ
ਤੁਹਾਡੀ ਕੋਈ ਲਹਿੰਦੇ ਪੰਜਾਬ ਨਾਲ ਯਾਦ ਜੁੜੀ ਹੋਵੇ, ਲਹਿੰਦੇ ਪੰਜਾਬ ਦੇ ਨਾਲ ਕੋਈ ਯਾਦ ਜੁੜੀ ਹੋਵੇ ਜਿਹੜੇ ਤੁਹਾਨੂੰ ਅੱਜ ਵੀ ਚੇਤੇ ਕਰਕੇ ਖੁਸ਼ੀ ਹੁੰਦੀ ਹੈ, ਮਨ ਨੂੰ ਅਥਾਹ ਖੁਸ਼ੀ ਹੁੰਦੀ ਹੈ, ਕੋਈ ਐਸੀ ਯਾਦ? ਅਸੀਂ ਚਾਹੁੰਦੇ ਹਾਂ ਪੰਜਾਬ ਪੰਜਾਬ ਇੱਕ ਹੋਵੇ ਜੀ, ਇਹਨੂੰ ਆਪਸ ਵਿੱਚ ਮਿਲਣ ਵਿੱਚ ਕੋਈ ਹਿਚਕ ਹਚਾ ਨਾ ਆਵੇ ਜੀ। ਇਹ ਇੱਕ ਦੋ ਦਿਨ ਰਹਿਣ, ਦਸ ਦਿਨ ਰਹਿਣ, ਮਹੀਨਾ ਭਰ ਸੈਰਾਂ ਕਰਦੇ ਰਹਿਣ ਜੀ, ਸਾਡੀ ਰੂਹ 'ਚ ਵੜ ਜਾਣ ਅਤੇ ਫਿਰ ਨਿਕਲ ਨਾ ਸਕਣ ਜੀ। ਬਿਲਕੁਲ, ਇਹ ਸਾਡੀ ਦੋਹਾਂ ਧਿਰਾਂ ਦੀ ਅੰਦਰੂਨੀ ਖਿੱਚ ਹੈ, ਖਾਹਿਸ਼ ਹੈ ਜੀ। ਲੇਕਿਨ ਸਰਕਾਰ ਇਹ ਖਾਹਿਸ਼ਾਂ ਨਹੀਂ ਹੋਣ ਦਿੰਦੀ। ਮੁਸਲਮਾਨਾਂ ਅੰਦਰ ਵੀ ਖਿਚਾਓ ਹੈ, ਇਹ ਤਿੱਖਾ ਜੀ, ਅਤੇ ਸਾਡੇ ਬੰਦਿਆਂ ਅੰਦਰ ਵੀ ਹੈ ਜੀ। ਇਹ ਗੱਲ ਨਹੀਂ ਕਿ ਇੱਕ ਧਿਰ 'ਚ ਹੋਵੇ ਦੂਜੀ ਧਿਰ 'ਚ ਨਾ ਹੋਵੇ। ਇੱਕ ਧਿਰ ਜੇ ਹਮਲਾ ਕਰਦੀ ਹੈ ਤਾਂ ਦੂਜੀ ਧਿਰ ਬਚਾਓ ਕਰਦੀ ਆ ਜੀ। ਬਚਾਓ ਹੋਵੇ ਨਾ ਹੋਵੇ, ਲੇਕਿਨ ਉਹ ਬਚਾਓ 'ਚ ਖੜਦੀ ਆ। ਕਦੇ ਪੰਜਾਬ ਜਿਹੜਾ ਹੈ ਇਹਦੇ ਪਾਣੀ ਜਿਹੜੇ ਹੈ ਇਸ ਤੁਹਾਡੇ ਸਾਰਿਆਂ 'ਚ, ਸਾਡੇ ਅਤੇ ਤੁਹਾਡੇ 'ਚ ਇੱਕ ਹਿਲ ਮਿਲ ਹੋ ਜੀ। ਕਿਆ ਬਾਤ ਹੈ, ਬਹੁਤ ਵੱਡੀ ਗੱਲ ਕਹੀ ਹੈ ਤੁਸੀਂ। ਪਾਣੀਆਂ ਦੀ ਗੱਲ ਹੈ, ਫਿਰ ਹਵਾਵਾਂ ਦੀ ਗੱਲ ਆ, ਫਿਰ ਸਾਡੇ ਪਸ਼ੂ ਡੰਗਰਾਂ ਦੀ ਗੱਲ ਆ। ਅਸੀਂ ਤੁਹਾਡਾ ਦੁੱਧ ਪੀ ਸਕੀਏ, ਤੁਸੀਂ ਸਾਡਾ ਚਾਰਾ ਅਤੇ ਹੋਰ ਦੁੱਧ ਪੀ ਕੇ ਸਾਡੇ ਬਰਾਬਰ ਹੋ ਸਕੋ, ਔਰ ਇਹ ਖੁਸ਼ੀ ਸਾਡੀ ਦੂਰ ਵਾਟ 'ਤੇ ਆ ਅਜੇ। ਅਸੀਂ ਇਹਨਾਂ ਸਰਕਾਰਾਂ ਨੂੰ ਨਹੀਂ ਮਨਾ ਸਕਦੇ। ਸਰਕਾਰਾਂ ਵਿੱਚ ਜਿਹੜੇ ਹੈੱਡ ਬਣਦੇ ਆ ਨਾ ਜੀ, ਉਹ ਆਪਣੇ ਨਿੱਜੀ ਹਿਤਕਾਰਾਂ ਲਈ ਜੀ ਆਪਣੇ ਦਿਲ ਨਹੀਂ ਛੱਡ ਸਕਦੇ ਅਤੇ ਸਾਡੇ ਨਾਲ ਘੁਲ ਮਿਲ ਨਹੀਂ ਸਕਦੇ, ਅਤੇ ਗੱਲ ਘੁਲ ਮਿਲੇ ਬਿਨਾਂ ਪੂਰੀ ਨਹੀਂ ਹੁੰਦੀ ਜੀ। ਬਿਲਕੁਲ, ਬਸ ਇਸੇ ਰੌਲੇ ਦੇ ਮਾਰੇ ਪਏ ਆ। ਤੁਹਾਨੂੰ ਕਿਤੇ ਆਸ ਜਾਪਦੀ ਹੈ, ਕਿਤੇ ਉਮੀਦ ਜਾਪਦੀ ਹੈ ਵੀ ਕੋਈ ਤਾਂ ਇਸ ਨੂੰ ਠੀਕ ਕਰੂਗਾ ਜੋ ਇੰਨਾ ਤਣਾਅ ਹੈ ਮੁਲਕਾਂ ਦੇ ਵਿੱਚ, ਆਪਣੇ ਸਮਾਜ ਦੇ ਵਿੱਚ, ਕੋਈ ਆਸ? ਮੈਨੂੰ ਥੋੜ੍ਹਾ ਜਿਹਾ ਉੱਚਾ ਸੁਣਦਾ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀ ਜੀ, ਕੋਈ ਆਸ ਜਾਗਦੀ ਹੈ ਤੁਹਾਡੇ ਮਨ ਦੇ ਵਿੱਚ, ਕੋਈ ਆਸ ਹੋਵੇ ਕਿ ਠੀਕ ਹੋਊਗਾ ਸਮਾਜ ਜੋ ਵੀ ਇੱਥੇ ਕੁੜੱਤਣ ਹੈ, ਬਿਮਾਰੀਆਂ ਨੇ? ਸਿਆਣੀ ਸਿਆਸਤ ਆ ਜਾਏਗੀ ਤਾਂ ਸ਼ਾਇਦ ਇਹ ਗੱਲ ਅੱਗੇ ਆ ਜਾਵੇ। ਲਓ ਇਹ ਇੰਨੀ ਗੱਲ ਲਈ ਅਸੀਂ ਤਰਸੇ ਮਰਸੇ ਪਏ ਹਾਂ। ਅਦਬਾਂ ਨੂੰ, ਲੇਖਕਾਂ ਨੂੰ ਜੀ, ਉਹਨਾਂ ਨੇ ਇਹੋ ਜਿਹੀ ਚੀਜ਼ਾਂ, ਇਹੋ ਜਿਹੀਆਂ ਕਹਾਣੀਆਂ ਲਿਖੀਆਂ ਜਾਣ ਕਿ ਲੋਕਾਂ ਦੀ ਰੂਹ ਜਿਹੜੀ ਹੈ ਉਹਦੇ ਲਈ ਤੜਪ ਤੜਪ ਉੱਠ। ਅਸੀਂ ਲੜੀਏ ਕਿਉਂ, ਅਸੀਂ ਰੋਈਏ ਕਿਉਂ, ਅਸੀਂ ਭੁੱਖੇ ਮਰੀਏ ਕਿਉਂ? ਸਾਡੇ ਕੋਲ ਪਾਣੀ ਇੰਨਾ ਹੈ, ਇੰਨੀ ਪੈਦਾਵਾਰ ਹੈ, ਇੰਨਾ ਸਭ ਕੁਛ ਹੈ ਕਿ ਅਸੀਂ ਰੱਬ ਨੂੰ ਨਾ ਯਾਦ ਵੀ ਕਰੀਏ ਤਾਂ ਰੱਬ ਸਾਥੋਂ ਗੁੱਸੇ ਨਹੀਂ ਹੁੰਦਾ। ਇੱਕ ਧਿਰ ਕੋਲ ਇੰਨਾ ਕੁਛ ਆਪਣੇ ਪਾਸੇ ਹੁੰਦਾ ਹੈ ਕਿ ਉਹਨਾਂ ਤੋਂ ਨਾ ਖਾਧਾ ਜਾਂਦਾ, ਨਾ ਉਹਨਾਂ ਕੋਲੋਂ ਪਿਛਾਂਹ ਸੁੱਟਿਆ ਜਾਂਦਾ। ਇਹਨਾਂ ਇਹ ਦੋਵੇਂ ਤਰ੍ਹਾਂ ਹਾਲਾਤ, ਦੋਹਾਂ ਦੇਸ਼ਾਂ ਦੇ ਇਹ ਹਾਲਾਤ ਨੇ, ਲੇਕਿਨ ਇਹਦੇ ਆਗੂ ਸਾਨੂੰ ਚੰਗੇ ਨਹੀਂ ਮਿਲੇ। ਉਹ ਆਪਣਾ ਢਿੱਡ ਤਾਂ ਭਰਦੇ ਹੈ ਪਰ ਆਵਾਮ ਲੋਕਾਂ ਨੂੰ ਖੁਸ਼ੀ ਨਹੀਂ ਦਿੰਦੇ ਜੀ। ਇਹਨਾਂ ਦੀ ਉਮਰ ਦੇ ਹਿਸਾਬ ਨਾਲ ਅਸੀਂ ਇਸ ਗੱਲ ਨੂੰ ਸਮਝ ਸਕਦੇ ਹਾਂ ਸਾਰੇ, ਬਹੁਤ ਸਾਰੇ ਸਿਆਣੇ ਨੇ ਸਾਡੇ ਦਰਸ਼ਕ ਵੀ ਅਤੇ ਅਸੀਂ ਸਭ ਵੀ, ਕਿ ਉਮਰ ਦੇ ਹਿਸਾਬ ਨਾਲ ਇਹਨਾਂ ਦੀ ਜਿਹੜੀ ਸੁਣਨ ਸ਼ਕਤੀ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਪੁੱਛਣਾ ਚਾਹੁੰਦੇ ਹਾਂ ਔਰ ਉਹ ਜੋ ਦੱਸਣਾ ਚਾਹੁੰਦੇ ਨੇ ਉਸ ਵਿੱਚ ਜਿਹੜਾ ਸੰਚਾਰ ਦਾ ਹੈਗਾ ਉਹ ਕਿਤੇ ਨਾ ਕਿਤੇ ਸਮੱਸਿਆ ਜ਼ਰੂਰ ਹੈ, ਪਰ ਉਹਨਾਂ ਨੇ ਜਿਹੜੀਆਂ ਬਹੁਤ ਹੀ ਵਡਮੁੱਲੀਆਂ ਗੱਲਾਂ ਕੀਤੀਆਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਰਿਸ਼ਤਿਆਂ ਦੇ ਉੱਤੇ ਕੀ ਤਰਾਸਦੀ ਹੈ, ਕੀ ਹਾਲਾਤ ਨੇ, ਕੀ ਹੰਡਾ ਰਹੇ ਨੇ ਉਹ, ਔਰ ਉਹਨਾਂ ਨੇ ਇੱਕ ਸਦੀ ਜਿੱਡਾ ਗੱਭਰੂ ਕਹਿਣਾ ਹੋਵੇ ਉਹਨਾਂ ਨੂੰ ਤਾਂ ਗਲਤ ਨਹੀਂ ਹੋਵੇਗਾ, ਉਹਨਾਂ ਨੇ ਆਪਣੇ ਪਿੰਡੇ 'ਤੇ ਹੰਡਾਇਆ ਇਹ ਸਭ ਕੁਛ ਔਰ ਉਹਨਾਂ ਦਾ ਦਰਦ ਬੋਲਦਾ ਹੈ। ਫਿਲਹਾਲ ਇਸ ਕਿਸ਼ਤ ਦੇ ਵਿੱਚ ਅਸੀਂ ਪਾਕਿਸਤਾਨ ਭਾਰਤ ਦੇ ਰਿਸ਼ਤਿਆਂ ਬਾਰੇ ਜਿਹੜੀ ਗੱਲਬਾਤ ਕੀਤੀ ਹੈ, ਅਸੀਂ
ਇਸ ਤੋਂ ਸਹਿਜੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨੇ ਅਣਮੁੱਲੇ ਨੇ ਉਹ ਰਿਸ਼ਤੇ ਜਿਨ੍ਹਾਂ ਨੂੰ ਫਿਰ ਤੋਂ ਲੋੜ ਹੈ ਇੱਕ ਮਿੱਕ ਹੋਣ ਦੀ, ਜਿਵੇਂ ਕਿ ਸਾਨੂੰ ਜਸਵੰਤ ਸਿੰਘ ਕੰਵਲ ਜੀ ਹੋਰਾਂ ਨੇ ਦੱਸਿਆ। ਗੱਲ ਇਹ ਹੈ ਕਿ ਜਿਹੜਾ ਮੁਨਾਫੇਖੋਰ ਤਬਕਾ ਹੈ ਜੀ, ਉਹ ਅਮਨ ਪਸੰਦੀ ਨਹੀਂ ਰਹਿਣ ਦਿੰਦਾ, ਉਹ ਆਪਣੀ ਲੁੱਟ ਜਾਰੀ ਰੱਖਣਾ ਚਾਹੁੰਦਾ ਜੀ। ਉਹਦੀ ਲੁੱਟ ਨਾਲ ਇਹ ਸਾਰੇ ਉਜਾੜੇ ਹੁੰਦੇ ਆ, ਟੱਬਰ ਟੀਰ ਉੱਤੇ ਭੁੱਖਾਂ ਵੱਧਦੀਆਂ ਨੇ, ਇੱਕ ਦੂਜੇ ਦੇ ਘਰ ਟੁੱਟਦੇ ਨੇ। ਇਹਨੂੰ ਠੀਕ ਢੰਗ ਨਾਲ ਪੈਦਾ ਕਰਨ ਵਾਲਿਆਂ ਦਾ ਹੱਕ ਜਿਹੜਾ ਉਹਨਾਂ ਨੂੰ ਜੇ ਮਿਲਦਾ ਰਹੇ, ਉਹ ਸਾਰਿਆਂ ਨੂੰ ਵਰਤਾਉਂਦੇ ਰਹਿਣ। ਪੈਦਾਵਾਰੀ ਢੰਗ 'ਤੇ ਤੁਸੀਂ ਜਿਹੜੀ ਗੱਲ ਕਹੀ ਹੈ ਨਾ, ਬਹੁਤ ਚਰਚਾ ਛਿੜਦੀ ਹੈ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ। ਇਹ ਹੈ ਜੀ, ਸਾਡੇ ਗੁਰੂਆਂ ਨੇ ਵੀ ਕੀਤੀ ਹੈ, ਮੁੱਢ ਉਹਨਾਂ ਨੇ ਰੱਖਿਆ। ਨਿੱਜੀ ਭੁੱਖ ਹੈ ਨਾ ਜਿਹੜੀ, ਇਹ ਪੇਸ਼ ਨਹੀਂ ਜਾਣਦੇ ਜੀ। ਬਿਲਕੁਲ, ਨੇਕੀ ਅਤੇ ਬਦੀ ਹਮੇਸ਼ਾ ਲੜਦੀਆਂ ਆਈਆਂ ਨੇ ਜੀ, ਇਹ ਬੰਦੇ ਨੂੰ ਜਿਉਣ ਨਹੀਂ ਦਿੰਦੀਆਂ। ਪਰ ਗੁਰੂਆਂ ਦੀ ਵੀ ਗੱਲ ਨੂੰ ਸਮਝੇ ਨਹੀਂ ਕਿਤੇ ਨਾ ਕਿਤੇ, ਵੱਡੇ ਗੁਰੂਆਂ ਦੀ ਕੋਈ ਗੱਲ ਨਹੀਂ ਸੁਣਦਾ। ਥੋੜ੍ਹਾ ਚਿਰ ਉਹ ਦੁਖੀ ਹੋਏ ਬੰਦੇ ਜਿਹੜੇ ਆ ਉਹ ਉਦੋਂ ਮਗਰ ਲੱਗਦੇ ਆ, ਔਰ ਜਦੋਂ ਫਿਰ ਉਹਨਾਂ ਨੂੰ ਸੁੱਖ ਮਿਲਣ ਲੱਗ ਜਾਂਦਾ ਅਤੇ ਸੁੱਖ ਵਿੱਚੋਂ ਫਿਰ ਦੁੱਖ ਉੱਠਦਾ। ਅੱਜ ਅਸੀਂ ਜੋ ਗੱਲਬਾਤ ਕਰ ਰਹੇ ਹਾਂ ਉਸ ਗੱਲਬਾਤ ਦੇ ਵਿੱਚੋਂ ਤੁਸੀਂ ਸਹਿਜੇ ਅੰਦਾਜ਼ਾ ਲਗਾਇਆ ਹੋਣਾ ਹੈ ਕਿ ਅਸੀਂ ਘੱਟ ਬੋਲ ਰਹੇ ਹਾਂ, ਔਰ ਇੱਕ ਸਦੀ ਜਿੱਡਾ ਗੱਭਰੂ ਆਪਣੇ ਤਜਰਬਿਆਂ ਦੇ ਨਾਲ ਸਾਨੂੰ ਬਹੁਤ ਸਾਰੀਆਂ ਵਡਮੁੱਲੀਆਂ ਗੱਲਾਂ ਦੇ ਨਾਲ ਰੂਬਰੂ ਕਰਵਾ ਰਿਹਾ, ਔਰ ਅਸੀਂ ਇਹ ਗੱਲਬਾਤ ਲਗਾਤਾਰ ਜਾਰੀ ਰੱਖਾਂਗੇ। ਉਹਨਾਂ ਦੀ ਉਮਰ ਦੇ ਹਿਸਾਬ ਨਾਲ, ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ ਕਿ ਘੱਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਾਣਕਾਰੀ, ਵੱਧ ਤੋਂ ਵੱਧ ਵਡਮੁੱਲੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਮੈਂ ਇਸ ਤਰ੍ਹਾਂ ਦੀ ਸੁਸਾਇਟੀ ਚਾਹੁੰਦਾ ਜੀ ਕਿ ਉਹ ਸੁਸਾਇਟੀ ਜਿਹੜੀ ਹੈ ਸਰਕਾਰ ਦੀ ਅਗਵਾਈ ਕਰੇ, ਇਹਨਾਂ ਨੂੰ ਦਿਲ ਰਿਜਵੇਂ ਰਾਹ ਪਾਵੇ ਜੀ, ਦੁਸ਼ਮਣੀ ਵਾਲੀਆਂ ਮਾਰ ਕਾਟ ਵਾਲੀਆਂ ਮਾੜੀਆਂ ਗੱਲਾਂ ਜਿਹੜੀਆਂ ਉਹ ਸਾਡੇ ਸਮਾਜ 'ਚੋਂ ਨਿਕਲ ਜਾਣ, ਅਤੇ ਭੁੱਖਾਂ ਮਿਟਾਉਣ ਵਾਲੇ ਰਜਵਾਹੇ ਜਿਹੜੇ ਆ ਉਹ ਬਹਾਰ ਤੋਰਨ ਜੀ, ਸਾਰਿਆਂ ਨੂੰ ਸਾਰੇ ਰਲ ਕੇ ਖੁਸ਼ੀ ਮਨਾਉਣ, ਖੁਸ਼ੀਆਂ ਵੱਡੇ ਮੇਲੇ ਲੱਗਣ। ਵੱਡੇ ਮੇਲਿਆਂ ਦੀ ਗੱਲ ਜਿਹੜੀ ਹੈ ਉਹ ਹੁਣ ਪੰਜਾਬ ਹੈ ਮਸਲਨ, ਅੱਧਾ ਪੰਜਾਬ ਉਹਦਾ ਸਵਾਦ ਲੈਂਦਾ, ਅੱਧਾ ਪੰਜਾਬ ਉਹ ਤੋਂ ਦੁਖੀ ਰਹਿੰਦਾ ਹੈ। ਉੱਥੇ ਉਹ ਪਹੁੰਚ ਨਹੀਂ ਸਕਦੇ, ਜਾ ਨਹੀਂ ਸਕਦੇ ਜੀ। ਇਹ ਜਿਹੜੀ ਵੰਡ ਦੇਖਦੇ ਹੋ, ਕਾਣੀ ਵੰਡ, ਕਾਰਨ ਕੀ ਮੰਨਦੇ ਆ? ਕਾਰਨ ਮੇਰਾ ਮਤਲਬ ਇਹ ਹਾਲਾਤ ਨੇ, ਭੁੱਖੇ ਲੋਕਾਂ ਨੇ ਜੀ ਇਹ ਹਾਲਾਤ ਪੈਦਾ ਕੀਤੇ ਆ। ਕਾਮੇ ਲੋਕਾਂ ਨੂੰ ਮਾਝੇ ਮਾਰਿਆ ਹੈ ਤਾਂ ਭੁੱਖੇ ਲੋਕਾਂ ਨੇ ਮਾਰਿਆ। ਸਰਕਾਰਾਂ ਹੱਥ ਹੈ ਬਹੁਤ ਲੁੱਚੇ ਬੰਦਿਆਂ ਦੇ, ਉਹ ਲੋਕਾਂ ਨੂੰ ਲੁੱਟਦੇ ਆ, ਆਪ ਐਸ਼ੀ ਕਰਦੇ ਆ, ਲੋਕ ਬਰਬਾਦੀ 'ਚ ਪਏ, ਧੱਕੇ ਖਾਂਦੇ ਆ। ਇਹ ਤੁਸੀਂ ਸਾਰਾ ਕੁਝ ਸਮਝਦੇ ਹੋ ਸੱਤਾ ਕਰਕੇ, ਸੱਤਾ ਦੀ ਭੁੱਖ ਨਾਲ ਹੋ ਰਿਹਾ? ਹਾਂਜੀ, ਸੱਤਾ ਦੀ ਭੁੱਖ ਨਾਲ ਹੋ ਰਿਹਾ ਜੋ ਕੁਛ ਤੁਸੀਂ ਕਹਿ ਰਹੇ ਹੋ, ਉਹੀ ਕਾਰਨ ਹੈ? ਬਿਲਕੁਲ ਬਿਲਕੁਲ। ਇਸ ਨੂੰ ਬਦਲਣ ਲਈ, ਇਸ ਵਰਤਾਰੇ ਨੂੰ ਬਦਲਣ ਲਈ ਅੱਜ ਦੀ ਜਵਾਨੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਜਵਾਨੀ ਨੂੰ ਕਰਨਾ ਕੀ ਚਾਹੀਦਾ? ਪੰਜਾਬ ਅੱਜ ਵੀ ਸਾਰੇ ਹਿੰਦੁਸਤਾਨ ਨੂੰ ਰੋਟੀ ਦੇ ਸਕਦਾ ਜੀ, ਰੌਲਾ ਰੋਟੀ ਦਾ ਹੀ ਹੈ ਜੀ, ਸੁੱਖ ਸ਼ਾਂਤੀ ਦਾ ਰੌਲਾ, ਬਰਾਬਰਤਾ ਦਾ ਰੌਲਾ, ਰੋਟੀ ਦਾ ਰੌਲਾ। ਮੇਰਾ ਮਤਲਬ ਇਹ ਹੈ ਕਿ ਇਕੱਲਾ ਪੰਜਾਬ ਜਿਹੜਾ ਹੈ ਕਮਾਊ ਸੀ ਜੀ, ਸਾਰੇ ਹਿੰਦੁਸਤਾਨ ਨੂੰ ਰੋਟੀ ਦਿੰਦਾ। ਪਰ ਅੱਜ ਦੇ ਟਾਈਮ ਵਿੱਚ ਪੰਜਾਬ ਵਿੱਚ ਬੇਰੁਜ਼ਗਾਰੀ, ਨੌਜਵਾਨ ਬੇਰੁਜ਼ਗਾਰ ਬਹੁਤ ਫਿਰਦੇ ਆ। ਗੱਲ ਇਹ ਹੈ ਬਈ ਲੁਟੇਰਿਆਂ ਨੇ ਸਾਡੇ ਨਾਲ
ਲੁੱਟ ਵੀ ਕੀਤੀ ਹੈ ਔਰ ਲੁੱਟ ਲੱਭੇ ਕਰਨ ਤੋਂ ਬਾਅਦ ਅੱਗਾਂ ਲਾ ਲਾ ਕੇ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਸਾਰੀਆਂ ਬਰਬਾਦ ਕਰ ਜੀ। ਸਾਡੇ ਘਰ 'ਚ ਸੁਰ ਸ਼ਬਦ ਜਿਹੜਾ ਹੈ ਨਾ ਜੀ, ਸੁਰ ਸ਼ਬਦ ਬੜਾ ਮਹਾਨ ਹੈ ਜੀ। ਜਿਸ ਘਰ 'ਚ ਵੜ ਜਾਵੇ ਉੱਥੇ ਬਹਾਰਾਂ ਲਿਆ ਦਿੰਦਾ, ਜਿਸ ਸਿਰ 'ਚ ਵੜ ਜਾਵੇ ਉਹਨੂੰ ਨੱਚਣ ਲਾ ਦਿੰਦਾ ਜੀ। ਵਾਹ, ਸਹੀ ਹੈ। ਅਸੀਂ ਇਹ ਸੁਰ ਸ਼ਬਦ ਨੂੰ ਇੱਕ ਦੂਜੇ ਨੂੰ ਮਾਰਨ ਵਾਸਤੇ ਵਰਤਣਾ ਸ਼ੁਰੂ ਕਰਦਾ। ਹਾਲਾਤ ਦੱਸਦੇ ਹੈ ਦਿਨ ਇਦੂ ਮਾੜੇ ਆਉਣਗੇ। ਲੋਕਾਂ ਦੇ ਲਈ, ਮਨੁੱਖਾਂ ਦੇ ਲਈ ਹਾਲਾਤ ਸਾਜ਼ਗਾਰ ਕਿਵੇਂ ਬਣਾਏ ਜਾ ਸਕਦੇ ਆ? ਹਾਲਾਤਾਂ ਨੂੰ ਸਹੀ ਮੋੜਾ ਕਿਵੇਂ ਦਿੱਤਾ ਜਾ ਸਕਦਾ ਤੁਸੀਂ ਕੀ ਸਮਝਦੇ ਹੋ? ਹਾਲਾਤਾਂ ਨੂੰ ਸਹੀ ਮੋੜਾ ਕਿਵੇਂ ਦਿੱਤਾ ਜਾ ਸਕਦਾ? ਦੇਖੋ ਇੱਕ ਗੱਲ ਜੀ, ਬਾਹਰ ਦਾ ਅਸੀਂ ਛੱਡ ਦਈਏ ਜੀ, ਹਿੰਦੁਸਤਾਨ ਦੇ ਕਲਚਰ ਦੀ ਗੱਲ ਕਰੀਏ ਜੀ, ਇਹਦੇ ਕਲਚਰ ਨੂੰ ਅਸੀਂ ਇਕੱਠਾ ਕਰਨ ਦੀ ਕੋਸ਼ਿਸ਼ ਕਰੀਏ। ਕਾਲਜਾਂ ਤੱਕ ਤਾਲੀਮ ਜਿਹੜੀ ਹੈ ਉਹ ਬੜਾ ਫਾਇਦਾ ਦੇ ਸਕਦੀ ਹੈ। ਖਿੱਚ ਧੂ ਵਾਲੀ ਗੱਲ ਜਿਹੜੀ ਹੈ ਉਹ ਕੱਟੀ ਜਾਵੇ ਅਤੇ ਇੱਕ ਦੂਜੇ ਦਾ ਜੀ ਪਰਚਾਉਣ ਵਾਲੀ ਗੱਲ ਜਿਹੜੀ ਹੈ ਉਹ ਅੱਗੇ ਆ ਜਾਵੇ ਅਤੇ ਹਾਲਾਤ ਬਦਲ ਸਕਦੇ ਆ। ਤੁਸੀਂ ਸਾਰੀ ਉਮਰ ਪੰਜਾਬ ਨੂੰ ਲਿਖਿਆ, ਪੰਜਾਬ ਨੂੰ ਹੰਢਾਇਆ, ਤੁਹਾਡੀਆਂ ਲਿਖਤਾਂ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਪੰਜਾਬ ਦੀ। ਅੱਜ ਕੱਲ੍ਹ ਵੀ ਕੁਝ ਲਿਖ ਰਹੇ ਹੋ ਪੰਜਾਬ ਬਾਰੇ ਜਾਂ ਆਲੇ ਦੁਆਲੇ ਬਾਰੇ? ਹੁਣ ਮੈਂ ਤਕੜਾ ਨਹੀਂ ਰਿਹਾ ਜੀ, ਤੁਹਾਡੇ ਖਿਆਲ 'ਚ ਮੇਰੀ ਉਮਰ ਕਿੰਨੀ ਹੋਏਗੀ? ਅਸੀਂ ਤਾਂ ਕਹਿ ਚੁੱਕੇ ਇੱਕ ਸਦੀ ਜਿੱਡਾ ਗੱਭਰੂ ਹੈ ਸਾਡੇ ਨਾਲ। ਸਦੀ ਤੋਂ ਵੀ ਦੋ ਡੂਢ ਵਰਾ ਵੱਧ ਹੋ ਗਈ ਜੀ। ਮੈਂ ਚਾਹੁੰਦਾ ਤਾਂ ਜੋ ਹਾਂ ਕਿ ਉਸ ਤਰ੍ਹਾਂ ਹੋਵੇ, ਪਰ ਹਾਲਾਤ ਨਹੀਂ ਹੋਣ ਦਿੰਦੇ ਹੋਏ ਜੇ। ਹਾਲਾਤ ਬੰਦੇ ਨੂੰ ਬਣਾਉਂਦੇ ਆ, ਬਿਲਕੁਲ ਹਾਲਾਤ ਵਿਗਾੜਦੇ ਆ। ਤਾਲੀਮ ਨੂੰ ਕਿੰਨਾ ਜ਼ਰੂਰੀ ਸਮਝਦੇ ਹੋ ਸਮਾਜ ਲਈ? ਤਾਲੀਮ ਅਤੇ ਗਿਆਨ ਦੋ ਲਈ ਲਫ਼ਜ਼ ਹੈ, ਇੱਕੋ ਲਫ਼ਜ਼ ਆ ਜੀ। ਕਿੰਨਾ ਜ਼ਰੂਰੀ ਹੈ ਸਮਾਜ ਲਈ ਤਾਲੀਮ ਗਿਆਨ? ਜਿੰਨੇ ਆ ਕੱਪੜੇ ਰਜਾਉਂਦੇ ਰਹਿਣ ਲਈ ਗਰਮੀ ਸਰਦੀ ਤੋਂ ਬਚਾਉਂਦੇ ਆ ਜੀ, ਉਹ ਸਾਨੂੰ ਸਾਡੇ ਸਭਿਅਤਾ ਨੂੰ ਉਹ ਬਚਾਉਂਦੇ ਜੀ। ਗੱਲਬਾਤ ਦੌਰਾਨ ਅਸੀਂ ਜੋ ਅਸੀਂ ਇੰਟਰਵਿਊ ਦੇ ਪਿੱਛੇ ਤੁਸੀਂ ਬੈਕਗਰਾਊਂਡ 'ਤੇ ਸਾਡੇ ਕੁਰਸੀ ਦੇਖ ਰਹੇ ਹੋ, ਜਸਵੰਤ ਸਿੰਘ ਕੰਵਲ ਜੀ ਹੋਰਾਂ ਨੇ ਸਾਰੀ ਉਮਰ ਬਹੁਤੀਆਂ ਲਿਖਤਾਂ ਆਪਣੀਆਂ ਇਸ ਕੁਰਸੀ 'ਤੇ ਬੈਠ ਕੇ ਲਿਖੀਆਂ। ਜਿਵੇਂ ਇਹ ਇਤਿਹਾਸਕ ਆਪਣੇ ਆਪ ਅੰਦਰ ਇੱਕ ਇਤਿਹਾਸ ਮੋਈ ਬੈਠੇ ਨੇ, ਇਸ ਕੁਰਸੀ ਦੀ ਵੀ ਬਹੁਤ ਜ਼ਿਆਦਾ ਮਹੱਤਤਾ ਹੈ ਜੋ ਸਾਡੇ ਇੱਥੇ ਪਿੱਛੇ ਪਈ ਹੈ। ਮੈਂ ਚਾਹੁੰਦਾ ਜੀ ਕਿ ਅਦਬੀ ਕਮੇਟੀਆਂ ਜੀ ਇੱਧਰੋਂ ਉੱਧਰੀ ਜ਼ਿਆਦਾ ਜਾਣ ਆਉਣ, ਜਿਨ੍ਹਾਂ ਰੁੱਤਾਂ ਵਿੱਚ ਵਿਹਲ ਹੁੰਦੀ ਹੈ ਕੰਮ ਨਹੀਂ ਹੁੰਦਾ ਜੀ, ਉਹਨਾਂ ਰੁੱਤਾਂ ਵਿੱਚ ਇੱਕ ਤਰ੍ਹਾਂ ਨਾਲ ਜਿਵੇਂ ਸੈਸ਼ਨ ਚੱਲਦਾ ਹੈ, ਇਹ ਕਮੇਟੀਆਂ ਰੂਹਾਂ ਨੂੰ ਖੁਸ਼ੀ ਵੰਡਣ ਜੀ, ਅਤੇ ਸ਼ਾਇਦ ਕੁਛ ਹੋ ਸਕੇ। ਪਰ ਇਸ ਗੱਲ ਨੂੰ ਜਿਹੜੀਆਂ ਸਰਕਾਰਾਂ ਨੇ ਉਹਦੇ 'ਚ ਮਾਰੂ ਪੱਖ ਵਾਧਾ ਆ ਗਿਆ ਜੀ। ਇੱਕ ਦੂਜੇ ਨੂੰ ਰੋਟੀ ਖਵਾਉਣ ਵਾਲਾ, ਰਜਵੀ ਰੋਟੀ ਦੇਣ ਵਾਲਾ ਸਮਾਜ ਥੱਲੇ ਲੈ ਗਿਆ ਔਰ ਦੂਜੇ ਲੁੱਟੇ ਜਾ ਰਹੇ, ਅਸੀਂ ਰੋਜ਼ ਦੇਖਦੇ ਹਾਂ। ਇੱਕ ਕਮਲ ਸਾਹਿਬ, ਇਹ ਗੱਲ ਬਹੁਤ ਜ਼ਰੂਰੀ ਹੈ ਕਿ ਮੀਡੀਆ ਦਾ ਵੱਡਾ ਰੋਲ ਰਹਿੰਦਾ ਸਮਾਜ ਨੂੰ ਸੇਧ ਦੇਣ ਲਈ। ਮੀਡੀਆ ਕੰਟਰੋਲ ਹੋਣਾ ਚਾਹੀਦਾ, ਹੋ ਸਕਦਾ, ਸਰਕਾਰਾਂ ਨਹੀਂ ਕਰ ਸਕਦੀਆਂ ਉਹ ਕੰਮ, ਪਰ ਕੰਟਰੋਲ ਤਾਂ ਸਰਮਾਏਦਾਰੀ ਨੇ ਕੀਤਾ ਹੋਇਆ। ਇਕੱਲੀ ਸਰਮਾਏਦਾਰੀ ਨਹੀਂ, ਪਹਿਲਾਂ ਤੋਂ ਵੱਡੇ ਰਾਜਿਆਂ ਮਹਾਰਾਜਿਆਂ ਨੇ ਵੀ ਕੀਤਾ ਹੋਇਆ ਸੀ ਜੀ। ਯਾਨੀ ਕਿ ਹਮ ਜੋ ਗਏ ਤੋ ਰਾਹ ਗੁਜ਼ਰ ਨਹੀਂ। ਵਾਹ, ਕਿਆ ਬਾਤ ਹੈ। ਤੁਮ ਜੋ ਆਏ ਤੋ ਮੰਜ਼ਲੇ ਲਾਏ। ਵਾਹ, ਘੱਟੋ ਘੱਟ ਸਾਨੂੰ ਇਹ ਅਹਿਸਾਸ ਜ਼ਿੰਦਾ ਰੱਖਣ ਲਈ
ਮਜਬੂਰ ਕਰਤਾ ਆ ਕੇ ਓਏ ਭਰਾਓ ਤੁਹਾਡੀ ਅੱਗ ਬੁੱਝੂਗੀ ਅਤੇ ਤੁਸੀਂ ਰਾਹ ਕਿੱਥੋਂ ਪਾਲੋਗੇ ਜੀ। ਅਸੀਂ ਇਹਨਾਂ ਆਉਣ ਵਾਲਿਆਂ ਨੂੰ ਜੀ ਆਇਆਂ ਕਹਿੰਦੇ ਹਾਂ, ਆਪ ਜਾ ਕੇ ਆਉਂਦੇ ਹਾਂ। ਇਹ ਗੱਲ ਉਚੇਚੇ ਤੌਰ 'ਤੇ ਸਰਕਾਰਾਂ ਨੂੰ ਚੁੱਕਣੀ ਚਾਹੀਦੀ ਹੈ ਜੀ। ਸਰਕਾਰ ਜਿਹੜੀ ਹੈ ਉਹ ਲੁਟੇਰਿਆਂ ਦੇ ਹੱਥ ਆਈ ਵੀ ਆ ਸਾਰੇ ਥਾਵਾਂ 'ਤੇ ਜੀ। ਜਿੱਥੇ ਸੋਸ਼ਲਿਸਟ ਤਾਕਤਾਂ ਆਈਆਂ ਨਾ ਉੱਥੇ ਵੀ ਅਜੇ ਸਹੀ ਸਵਰਗ ਨਹੀਂ ਆਇਆ ਜੀ। ਕਮੀਆਂ ਨੇ, ਖਾਮੀਆਂ ਨੇ ਬਹੁਤ ਜ਼ਿਆਦਾ। ਤੁਸੀਂ ਆਪਣੀ ਉਮਰ ਹੰਡਾਈ ਹੈ ਜਿਹੜੀ, ਦੁਨੀਆਂ ਦੇ ਕਿੰਨੇ ਕੁ ਮੁਲਕ ਘੁੰਮੇ ਹੋ, ਕੁਛ ਦੱਸਣਾ ਚਾਹੋਗੇ ਸਾਨੂੰ? ਕਿੰਨੇ ਮੁਲਕ ਘੁੰਮੇ ਹੋ, ਕੀ ਦੇਖਿਆ ਮੁਲਕਾਂ 'ਚ? ਮੈਂ ਕੋਈ ਮੁਲਕ ਨਹੀਂ ਛੱਡਿਆ ਜੀ, ਜੇ ਸਹੀ ਪੁੱਛੇ। ਪਰ ਫਿਰ ਵੀ ਮੈਂ ਹਿੰਦੁਸਤਾਨ ਤਾਂ ਸਾਰਾ ਦੇਖਿਆ ਜੀ, ਏਸ਼ੀਆ ਵੀ ਦੇਖਿਆ, ਏਸ਼ੀਆ ਦਾ ਸ਼ਮਾਲੀ ਹਿੱਸਾ ਨਹੀਂ ਦੇਖਿਆ ਜੀ। ਔਰ ਦੁਨੀਆ ਵਿੱਚ ਕਿਹੜੀ ਥਾਂ ਨੇ, ਕਿਹੜੇ ਮੁਲਕ ਨੇ ਜ਼ਿਆਦਾ ਪ੍ਰਭਾਵ ਪਾਇਆ ਤੁਹਾਡੇ 'ਤੇ, ਪ੍ਰਭਾਵਿਤ ਕੀਤਾ ਹੈ ਕਿ ਤੁਹਾਡੀਆਂ ਲਿਖਤਾਂ ਦੇ ਵਿੱਚ ਵੀ ਉਸਦਾ ਜਿਹੜਾ ਜ਼ਿਕਰ ਹੋਇਆ ਹੋਵੇ? ਦੇਖੋ, ਜਿਸ ਦੇਸ਼ ਵਿੱਚ ਕੱਟ ਵੱਢ ਨਹੀਂ ਜੀ ਉਹ ਸੁਖੀ ਵੱਸਦਾ ਜੀ। ਬਿਲਕੁਲ, ਇਹ ਕੱਟ ਵੱਢ ਬੁਨਿਆਦ ਬਣਦੇ ਹੀ ਆ। ਦੋ ਸ਼ਬਦ ਹੈ ਹਾਂ ਅਤੇ ਨਾ ਜੀ। ਹਾਂ ਉਠਾਉਂਦੀ ਹੈ, ਕੁਛ ਬਣਾਉਂਦੀ ਹੈ ਜੀ, ਅਤੇ ਨਾ ਹਟਾ ਦਿੰਦੀ ਹੈ ਜੀ। ਇਹ ਪੁਰਾਣਾ ਅਸੂਲ ਹੈ ਔਰ ਇਹ ਹਾਵੀ ਹੈ ਜੀ। ਪਰ ਮਾੜੇ ਚੀਜ਼ਾਂ ਨੂੰ ਜਿਹੜਾ ਹੈ, ਜਿਹੜੀਆਂ ਬੁਰਾਈਆਂ ਨੇ, ਬਿਮਾਰੀਆਂ ਨੇ, ਖਾਂਦੀਆਂ ਨੇ, ਉਹ ਘਟਾਈਆਂ ਜਾਣ ਅਤੇ ਵੱਧ ਪੈਦਾਵਾਰ ਜਿਹੜੀ ਹੈ ਭਾਰੂ ਕੀਤੀ ਜਾਵੇ ਅਤੇ ਇਨਸਾਨ ਸੁੱਖ ਹੋ ਸਕੇ। ਇੱਕ ਬਤੌਰ ਲੇਖਕ ਤੁਸੀਂ ਕੀ ਸਮਝਦੇ ਹੋ ਕਿ ਅੱਜ ਦੇ ਜਿਹੜੇ ਲੇਖਕ ਹੈ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ? ਉਹ ਖੁਦਗਰਜ਼ ਹੋ ਜਾਂਦੇ ਆ। ਸ਼ਹਿਨਸ਼ਾਹੀਆਂ ਇਸੇ ਕਰਕੇ ਬਣੀਆਂ ਸੀ, ਸ਼ਹਿਨਸ਼ਾਹ ਖੁਦਗਰਜ਼ ਹੋ ਗਏ ਜੀ, ਐਸ਼ੀਆਂ ਕਰਨ ਲੱਗ ਗਏ। ਐਸ਼ੀਆਂ ਨੇ ਮੰਦੇ ਪਾਏ, ਜੰਗਾਂ ਖੜੀਆਂ ਕੀਤੀਆਂ, ਹਾਲਾਤ ਮਾੜੇ ਹੋ ਗਏ। ਜਦੋਂ ਆਜ਼ਾਦ ਹੋਇਆ ਜੀ ਉਹਦੇ ਵਿੱਚ ਲੁਟੇਰੇ ਬੰਦਿਆਂ ਨੇ, ਸ਼ਹਿਨਸ਼ਾਹੀਆਂ ਨੇ ਆਪਣੇ ਰਾਜ ਕਾਇਮ ਰੱਖਣ ਲਈ ਅਵਦੂਤਾਂ ਨੂੰ ਲਿਆਂਦਾ ਜੀ, ਜਿਹੜੇ ਮਾਰੂ ਬੰਦੇ ਸੀ। ਅਗਲੇ ਨੇ ਰਾਜ ਰੰਗ ਵਾਲੀ ਗੱਲ ਨੂੰ ਅੱਗੇ ਲਿਆਂਦਾ, ਬਥੇਰਾ ਸਮਝਾਇਆ ਕਰਿਆ, ਉਹ ਸਹੀ ਰਾਹ ਹੈ ਅਤੇ ਇਹ ਤਾਂ ਸਾਨੂੰ ਲੜਾਉਂਦਾ ਹੈ। ਜਿਸ ਰਾਜ ਵਿੱਚ ਲੜਾਈਆਂ ਜ਼ਿਆਦਾ ਹੁੰਦੀਆਂ ਜੀ ਉਹ ਰਾਜ ਕਿਵੇਂ ਟੇਕ ਸਕਦਾ ਹੈ? ਜੇ ਰੋਟੀ ਹਰ ਘਰ 'ਚ ਪੈਦਾ ਹੋ ਜਾਵੇ ਤਾਂ ਲੜਾਈ ਮੁੱਕ ਜਾਂਦੀ ਹੈ ਜੀ। ਇਹ ਹੁਣ ਲੜਾਈ ਉਹਨਾਂ ਦੀ ਹੈ ਜਿਹੜੇ ਮੁਫਤ ਖੋਰੇ ਆ। ਉਹ ਇਹ ਵੀ ਤੁਸੀਂ ਰੋਟੀ ਪੈਦਾ ਕਰੋ, ਅਸੀਂ ਖਾਣ ਵਾਲੇ ਹੀ ਹੈ। ਇਸ ਕਰਕੇ ਜੰਗਾਂ ਜ਼ਿਆਦਾ ਜੀ, ਅੱਗੂ ਮਾਰਾਂ ਧਾੜਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਜੀ। ਹਾਲਾਤ ਉੱਥੇ ਦੇ ਉੱਥੇ ਹੀ ਖੜ੍ਹੇ ਆ। ਹੁਣ ਜਿੰਨਾ ਚਿਰ ਇਹ ਸਮਾਜ ਇਸ ਤਰ੍ਹਾਂ ਦਾ ਨਹੀਂ ਬਣ ਜਾਂਦਾ, ਵੰਡ ਕੇ ਖਾਣ ਵਾਲਾ, ਕੰਮ ਕਰਕੇ ਖਾਣ ਵਾਲਾ, ਉਹਨੇ ਚਿਰ ਅਮਨ ਨਹੀਂ ਹੋ ਸਕਦਾ। ਇਸ ਅਮਨ ਨੂੰ ਕਾਇਮ ਕਰਨ ਲਈ ਕੁਝ ਧਿਰਾਂ ਉੱਠੀਆਂ ਹੈ ਜੀ, ਪਰ ਉਹਨਾਂ ਦੇ ਪੈਰ ਨਹੀਂ ਲੱਗਦੇ। ਜਿਵੇਂ ਅਸੀਂ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਸਦੀ ਜਿੱਡਾ ਗੱਭਰੂ ਸਾਡੇ ਨਾਲ ਸੀ, ਉਹਨਾਂ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਤੁਸੀਂ ਵੀ ਸੁਣਿਆ ਉਹਨਾਂ ਦੇ ਮੂੰਹੋਂ ਇੱਕ ਗਿਆਨ ਭਰਪੂਰ ਗੱਲਾਂ ਜਿਹੜੀਆਂ ਉਹਨਾਂ ਨੇ ਬੜੀਆਂ ਹੀ ਵਡਮੁੱਲੀਆਂ ਦੱਸੀਆਂ। ਖਾਸ ਕਰਕੇ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਹੈ ਲਹਿੰਦੇ ਦੇ ਚੜ੍ਹਦੇ ਪੰਜਾਬ ਦੇ ਰਿਸ਼ਤਿਆਂ ਬਾਰੇ, ਸਮਾਜ ਵਿੱਚ ਫੈਲੀਆਂ ਅਲਾਮਤਾਂ ਬਾਰੇ, ਉਸਨੂੰ ਹੱਲ ਕਿਵੇਂ ਕੀਤਾ ਜਾ ਸਕਦਾ, ਨੇਕੀ ਅਤੇ ਬਦੀ ਦੀ ਜਿਹੜੀ ਲੜਾਈ ਹੈ ਇਸ 'ਤੇ ਉਹ ਕੀ ਵਿਚਾਰ ਰੱਖਦੇ ਨੇ, ਇਹ ਸਭ ਬਾਰੇ ਅਸੀਂ ਜਿਹੜੀ ਗੱਲਬਾਤ ਕੀਤੀ ਹੈ। ਸਾਨੂੰ ਉਮੀਦ ਹੈ ਕਿ ਸਾਡਾ ਇਹ ਉਪਰਾਲਾ ਤੁਹਾਡੇ ਸਭ ਲਈ ਲਾਭਕਾਰੀ ਹੋਏਗਾ, ਗਿਆਨ ਭਰਪੂਰ ਹੋਏਗਾ। ਫਿਲਹਾਲ ਹੁਣ ਤੱਕ ਦੇ ਲਈ ਇੰਨਾ ਹੀ।
ਸਾਨੂੰ ਦਿਓ ਇਜਾਜ਼ਤ। ਧੰਨਵਾਦ।